हेलो एंड वेलकम माय डियर स्टूडेंट्स बेटा जी बहुत स्वागत है ਤੁਹਾਡਾ ਮੇਰੇ ਚੈਨਲ ਲੈਟਸ ਲਰਨ ਵਿਦ इजी ट्रिक्स ਤੇ ਇਸ ਵੀਡੀਓ ਦੇ ਵਿੱਚ ਬੇਟਾ ਆਪਾਂ ਤੁਹਾਡੇ 9th ਕਲਾਸ ਦੀਆਂ ਰੈਡੀਨੈਸ ਸ਼ੀਟਸ ਦੇ ਡੇ ਨੰਬਰ 30 ਤੇ ਪਹੁੰਚ ਚੁੱਕੇ ਹਾਂ ਡੇ ਨੰਬਰ 30 ਦਾ ਕੰਮ ਸ਼ੁਰੂ ਕਰਦੇ ਹਾਂ ਦੇਖੋ 64 ਦੇ ਸਾਰੇ ਗੁਣਨਖੰਡ ਲਿਖੋ ਰਾਈਟ 올 ਦਾ ਫੈਕਟਰਸ ਆਫ 64 ਤਾਂ 64 ਕਿਵੇਂ ਆਉਂਦਾ ਬੇਟਾ 64 ਕਿਵੇਂ ਆਉਂਦਾ ਇਕਦਾ ਤੁਸੀਂ ਰੱਟਾ ਲੱਗਿਆ ਹੋਇਆ ਦੇਖਾਂ 8 8 64 ਹਨਾ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਹੋਰ ਬਣਾਓ 64 ਦੇ ਗੁਣਨਖੰਡ ਪਹਿਲਾਂ ਦੇਖੋ 2 ਦੇ ਟੇਬਲ ਤੇ 64 ਆਉਂਦਾ ਹਾਂਜੀ 2 ਦੇ ਟੇਬਲ ਤੇ 32 2 64 3 ਦੇ ਭਾੜੇ ਤੇ 64 ਨਹੀਂ ਆਉਂਦਾ 4 ਦੇ ਭਾੜੇ ਤੇ ਆਊਗਾ ਠੀਕ ਹੈ 4 ਨਾਲ ਡਿਵਾਈਡ ਕਰਕੇ ਦੇਖੋ ਕਿੰਨੇ ਤੇ ਆਊਗਾ 16 ਤੇ 16 4 64 ਠੀਕ ਹੈ ਜੀ ਹੋਰ ਕਿਹੜਾ ਰਹਿ ਗਿਆ ਦੇਖੋ 5 ਦੇ ਟੇਬਲ ਤੇ ਨਹੀਂ ਆਉਂਦਾ 6 7 8 9 10 ਹੋਰ ਕਿਹੜੇ ਟੇਬਲ ਤੇ ਆਊਗਾ 64 ਦੇਖੋ ਜੀ ਬੇਟਾ ਧਿਆਨ ਦਿਓ ਇੱਕ ਆਊਗਾ ਬੇਟਾ ਇਹ 64 ਦੇ ਟੇਬਲ ਤੇ ਠੀਕ ਹੈ ਜੀ ਤਾਂ ਹੁਣ ਉਹਨੇ ਅੱਗੇ ਕੁਐਸਚਨ ਕੀ ਪੁੱਛਿਆ ਉਹ ਜੋੜਾ ਪਤਾ ਕਰੋ ਜਿਸ ਦਾ ਜੋੜ 20 ਆਵੇ ਤੇ ਗੁਣਾ 64 ਆਵੇ ਤਾਂ ਬੇਟਾ ਜਿੰਨੇ ਆਪਾਂ ਇਹ ਸਾਰੇ ਪੇਅਰਸ ਲਿਖੇ ਨੇ ਇਹਦੇ ਵਿੱਚੋਂ ਤੁਸੀਂ ਉਹ ਪੇਅਰ ਚੁਣਨਾ ਹੈ ਜਿਹਦਾ ਜੋੜ ਬਣਦਾ ਹੈ ਬੇਟਾ ਜੀ 20 ਤੇ ਗੁਣਾ ਬਣਦੀ ਹੈ 64 ਤਾਂ ਉਹ ਵਾਲਾ ਪੇਅਰ ਕਿਹੜਾ ਹੈ 16 4 16 ਤੇ 4 ਦਾ ਜੋੜ ਬਣਦਾ ਹੈ ਬੱਚੇ 20 ਤੇ ਗੁਣਨਫਾਲ ਹੁੰਦਾ ਹੈ ਇਹਨਾਂ ਦਾ 64 ਠੀਕ ਹੈ ਬੇਟਾ ਸਮਝ ਆ ਗਿਆ ਹੁਣ ਇਹਦੀ ਹੋਮ ਅਸਾਈਨਮੈਂਟ ਦੇਖਦੇ ਹਾਂ ਹੋਮ ਅਸਾਈਨਮੈਂਟ ਦੇ ਵਿੱਚ ਬੱਚੇ ਦੋ ਸਾਹਮਣੇ ਪਹਿਲੇ ਚ ਹੈਗਾ a b 48 ਹੈ ਤੇ a b 16 ਤੇ a ਤੇ b ਦਾ ਮੁੱਲ ਬਤਾ ਕਰੋ ਫਾਈਂਡ ਦਾ ਵੈਲਿਊਜ਼ ਆਫ ਏ ਐਂਡ ਬੀ ਸੇਮ ਕੁਐਸਚਨ ਹੈ ਬੱਚੇ ਆਪਾਂ ਨੇ ਕੀ ਕਰਨਾ ਹੈ ਜੇ a and b 48 ਹੈ ਤਾਂ ਆਪਾਂ 48 ਦੇ ਸਾਰੇ ਦੇ ਸਾਰੇ ਫੈਕਟਰਸ ਗੁਣਨਖੰਡ ਲਿਖ ਦੇਣੇ ਨੇ ਠੀਕ ਹੈ ਫਿਰ ਉਹਦੇ ਵਿੱਚੋਂ ਉਹ ਗੁਣਨਖੰਡ ਚੁਣ ਲਾਂਗੇ ਜਿਨ੍ਹਾਂ ਦਾ ਜੋੜ ਕਿੰਨਾ ਆਊਗਾ 16 ਤਾਂ ਦੋ ਦੇ ਟੇਬਲ ਤੋਂ ਹੀ ਸ਼ੁਰੂ ਕਰੋ ਦੋ ਦੇ ਟੇਬਲ ਤੇ 48 ਕਿੱਥੇ ਆਉਂਦਾ ਬੱਚੇ 24 ਤੇ ਇਹ ਤਿੰਨ ਦੇ ਟੇਬਲ ਤੇ ਵੀ ਆਏਗਾ ਤਿੰਨ ਦੇ ਟੇਬਲ ਤੇ ਕਿੱਥੇ ਆਉਂਦਾ ਇਹ 16 ਤੇ ਠੀਕ ਹੈ 4 ਦੇ ਟੇਬਲ ਤੇ ਵੀ ਆਏਗਾ 4 ਦੇ ਟੇਬਲ ਤੇ ਕਿੱਥੇ ਆਉਂਦਾ ਹੈ ਇਹ 12 ਤੇ ਠੀਕ ਹੈ ਤਾਂ ਮੈਂ ਇੱਥੇ ਰੁਕ ਜੂੰਗੀ ਕਿਉਂ ਕਿਉਂਕਿ ਇਹਨੇ ਕਿਹਾ ਸੀ ਜੋੜ 16 ਆਣਾ ਚਾਹੀਦਾ ਤੇ 12 ਤੇ 4 ਦਾ ਜੋੜ ਕਿੰਨਾ ਆ ਗਿਆ 16 ਤਾਂ a ਦੀ ਵੈਲਿਊ ਬੇਟਾ ਕਿੰਨੀ ਆ ਗਈ 4 ਜਾਂ 12 b ਦੀ ਵੈਲਿਊ ਕਿੰਨੀ ਆਜੂਗੀ 4 ਜਾਂ 12 ਅੱਛਾ 1 ਮਿੰਟ ਇੱਥੇ ਆਪਾਂ ਲਿਖਾਂਗੇ 12 ਜਾਂ 4 ਦੇਖੋ ਯਾਂ ਤਾਂ 4 ਤੇ 12 ਹੋ ਸਕਦੀਆਂ ਨੇ ਇਹਨਾਂ ਦੀਆਂ ਵੈਲਿਊਜ਼ ਜਾਂ 12 ਤੇ 4 ਠੀਕ ਹੈ ਬੇਟਾ ਇਹ ਸਮਝ ਆ ਗਿਆ ਹੁਣ ਦੇਖਦੇ ਆ ਇਹਦਾ ਸੈਕਿੰਡ ਕੁਐਸਚਨ ਸੈਕਿੰਡ ਹੈਗਾ ਦੇਖੋ a ਤੇ b ਨੂੰ ਗੁਣਾ ਕਰਕੇ ਤਾਂ 5 ਬਣੇ ਤੇ ਜੋੜ ਕੇ ਬਣੇ ਮਾਈਨਸ ਦਾ 6 ਤਾਂ ਆਪਾਂ ਵੈਲਿਊਜ਼ ਕੱਢਣੀਆਂ ਨੇ a ਤੇ b ਦੀਆਂ ਹੁਣ ਜਦੋਂ a ਤੇ b ਦੀ ਗੁਣਾ 5 ਹੈ ਤਾਂ ਇਹਦਾ ਮਤਲਬ ਆਪਾਂ 5 ਦੇ ਫੈਕਟਰ ਬਣਾਉਣੇ ਨੇ ਤਾਂ 5 ਇੱਕ ਪ੍ਰਾਈਮ ਨੰਬਰ ਹੈ ਪ੍ਰਾਈਮ ਨੰਬਰ ਦੇ ਦੋ ਹੀ ਟੋਟੇ ਹੁੰਦੇ ਨੇ ਇੱਕ ਸੰਖਿਆ ਆਪ ਤੇ ਇੱਕ ਇੱਕ ਠੀਕ ਹੈ 1 ਐਂਡ ਨੰਬਰ ਇਟਸੈਲਫ ਤਾਂ ਇਹਦੇ ਸਿਰਫ ਇਹੀ ਦੋ ਫੈਕਟਰ ਬਣਨਗੇ ਹੁਣ ਇਹਨਾਂ ਦਾ ਜੋੜ ਜਿਹੜਾ ਹੈ ਮਾਈਨਸ ਦਾ 6 ਆਉਣਾ ਚਾਹੀਦਾ ਹੁਣ ਜੇ ਆਪਾਂ ਕਹੀਏ ਵੀ 1 ਤੇ 5 ਜੋੜਾਂਗੇ ਤਾਂ ਕਿੰਨਾ ਆਨਸਰ ਆਊਗਾ ਬੇਟਾ 6 ਪਰ ਆਪਾਂ ਨੂੰ ਕਿੰਨਾ ਚਾਹੀਦਾ ਹੈ ਮਾਈਨਸ ਦਾ 6 ਤਾਂ ਆਪਾਂ ਕੀ ਕਰਾਂਗੇ ਦੋਨੋਂ ਡਿਜੀਟ ਜਿਹੜੇ ਨੇ ਉਹ ਮਾਈਨਸ ਦੇ ਲੈ ਲਵਾਂਗੇ ਕਿਉਂਕਿ ਆਪਾਂ ਨੂੰ ਪਤਾ ਹੈ ਸੇਮ ਸਾਈਨ ਹੁੰਦੇ ਨੇ ਤਾਂ ਸਮ ਹੀ ਹੁੰਦਾ ਠੀਕ ਹੈ ਜੇ ਦੋਨੋਂ ਮਾਈਨਸ ਦੇ ਆਪਣੇ ਕੋਲ ਡਿਜੀਟਸ ਨੇ ਤਾਂ ਇਹਨਾਂ ਦਾ ਸਮ ਕਿੰਨਾ ਆਏਗਾ ਮਾਈਨਸ ਦਾ 6 ਤਾਂ ਆਪਾਂ a ਤੇ b ਦੀਆਂ ਕੀ ਵੈਲਿਊਜ਼ ਲੱਭ ਲਈਆਂ a ਦੀ ਵੈਲਿਊ ਹੈ -1 ਔਰ -5 b ਦੀ ਵੈਲਿਊ ਹੈ ਬੇਟਾ -5 ਔਰ -1 ਜਾਂ ਤਾਂ a ਪੇਅਰ ਹੋਊਗਾ ਆਨਸਰਸ ਦਾ ਜਾਂ a ਪੇਅਰ ਹੋਊਗਾ ਆਨਸਰਸ ਦਾ ਠੀਕ ਹੈ ਬੇਟਾ ਸਮਝ ਆ ਗਿਆ ਇਸ ਸਭ ਤੁਹਾਨੂੰ ਦੇਖਦੇ ਆ ਨੈਕਸਟ ਡੇ ਦਾ ਕੰਮ ਡੇ ਨੰਬਰ 31 ਇਹ ਦੇਖੋ ਅਰਥ ਦਾ ਹੀ ਕੰਮ ਹੈ ਕੋਈ ਜ਼ਿਆਦਾ ਮੁਸ਼ਕਿਲ ਕੰਮ ਨਹੀਂ ਹੈ ਆਪਾਂ ਨੇ 2x2 ਦਾ ਆਨਸਰ ਜਿਹੜਾ ਹੈ ਇਹਨਾਂ ਚਾਰ ਆਪਸ਼ਨਸ ਦੇ ਵਿੱਚੋਂ ਲੱਭਣਾ ਠੀਕ ਹੈ ਤਾਂ 2x2 ਦਾ ਮਤਲਬ ਕੀ ਹੈ ਬੇਟਾ 2x ਨੂੰ 2x ਨਾਲ ਹੀ ਮਲਟੀਪਲਾਈ ਕਰਨਾ ਤਾਂ ਕਿੰਨਾ ਆਨਸਰ ਆਜੂਗਾ ਡਿਜੀਟ ਨੂੰ ਡਿਜੀਟ ਨਾਲ ਗੁਣਾ ਕੀਤੀ 4 x ਦੀ ਪਾਵਰ 1 x ਦੀ ਪਾਵਰ 1 ਇਹ ਪਾਵਰਾਂ ਪਲੱਸ ਹੋ ਜਾਣਗੀਆਂ ਕਿਉਂਕਿ ਬੇਸ ਬਰਾਬਰ ਨੇ ਆਪਾਂ ਕੀਤਾ ਹੋਇਆ ਹੈ ਨਾ ਘਾਤਾਂ ਵਾਲਾ ਰੂਲ ਕਿ ਜੇ ਆਧਾਰ ਬਰਾਬਰ ਨੇ ਔਰ ਵਿਚਾਲੇ ਗੁਣਾਂ ਦੀ ਨਿਸ਼ਾਨੀ ਆ ਤਾਂ ਘਾਤਾਂ ਪਲੱਸ ਹੋ ਜਾਂਦੀਆਂ ਨੇ ਠੀਕ ਤਾਂ ਇਹਦਾ ਆਨਸਰ ਆ ਜਾਏਗਾ ਬੇਟਾ 4x² ਫਿਰ ਹੈਗਾ -3x ਦਾ² ਮੀਨਸ -3x ਨੂੰ ਆਪਾਂ -3x ਨਾਲ ਹੀ ਮਲਟੀਪਲਾਈ ਕਰਨਾ ਸਭ ਤੋਂ ਪਹਿਲਾਂ ਤਾਂ ਇਹ 네ਗੇਟਿਵ ਕੈਨਸਲ ਹੋ ਗਿਆ ਠੀਕ ਹੈ 3*3=9x² ਜਿਹੜਾ ਹੈ ਉਹ ਆਨਸਰ ਰਹਿ ਜਾਏਗਾ ਠੀਕ ਹੈ ਨੈਕਸਟ ਹੈਗਾ 1/5y2 ਤਾਂ 1/5y ਨੂੰ 1/5y ਨਾਲ ਹੀ ਮਲਟੀਪਲਾਈ ਕਰਨਾ ਹੈ ਡਿਜੀਟ ਨੂੰ ਡਿਜੀਟ ਨਾਲ ਮਲਟੀਪਲਾਈ ਕਰਾਂਗੇ ਤਾਂ 1/25 ਆ ਜਾਏਗਾ y ਦੀ ਪਾਵਰ 1 y ਦੀ ਪਾਵਰ 1 ਯਾਨੀ ਕਿ y ਦਾ ਸਕੁਅਰ ਤਾਂ 1/25y2 ਤਾਂ ਇਹ ਤਾਂ ਬਹੁਤ ਈਜ਼ੀ ਸੀਗਾ ਨੈਕਸਟ ਇਹਦਾ ਹੋਮ ਅਸਾਈਨਮੈਂਟ ਦੇਖਦੇ ਆ ਤਾਂ ਸੇਮ ਬੇਟਾ ਆਪਾਂ ਨੇ ਵੈਲਿਊਜ਼ ਲਿਖਣੀਆਂ ਨੇ ਸਕੁਅਰ ਖੋਲ ਕੇ ਠੀਕ ਹੈ 4x ਦਾ ਸਕੁਅਰ ਤਾਂ 4x ਦਾ ਸਕੁਅਰ ਹੋਊਗਾ 4x 4x ਤੇ ਆਨਸਰ ਆਏਗਾ ਚੌਕਮ ਚੌਕੀ 16x ਦਾ ਸਕੁਅਰ -7z -7z ਨੈਗੇਟਿਵ ਨੈਗੇਟਿਵ ਕੈਨਸਲ ਹੋ ਗਏ ਬੇਟਾ ਇਹ ਬਣ ਗਿਆ 7 7 49z ਸਕੁਅਰ ਇਹ ਹੈਗਾ √2x √2x ਦੀ ਮਲਟੀਪਲਾਈ ਕਰਨੀ ਹੈ ਅੰਡਰ ਰੂਟ 2x ਨਾ ਦੇਖੋ ਅੰਡਰ ਰੂਟ 2 ਨੂੰ ਅੰਡਰ ਰੂਟ 2 ਨਾਲ ਮਲਟੀਪਲਾਈ ਕੀਤਾ 2 ਨਾਲ ਆਜੂਗਾ ਆਪਣੇ ਕੋਲੇ x2 ਤਾਂ ਇਹ ਆਪਾਂ ਕਿਵੇਂ ਕੀਤਾ ਅੰਡਰ ਰੂਟ 2 ਦਾ ਮਤਲਬ ਹੁੰਦਾ ਬੇਟਾ 2 ਦੀ ਪਾਵਰ 1/2 ਉਹਨੂੰ 2 ਦੀ ਪਾਵਰ 1/2 ਨਾਲ ਹੀ ਗੁਣਾ ਕਰ ਰਹੇ ਹਾਂ ਠੀਕ ਹੈ ਬੇਸ ਬਰਾਬਰ ਨੇ ਵਿਚਾਲੇ ਗੁਣਾ ਦੀ ਨਿਸ਼ਾਨੀ ਹੈ ਤਾਂ ਪਾਵਰਾਂ ਕੀ ਹੁੰਦੀਆਂ ਪਲੱਸ ਤਾਂ 2 ਦੀ ਪਾਵਰ ਕਿੰਨੀ ਰਹਿ ਗਈ ਅੱਧਾ ਅੱਧਾ ਜੋੜ ਕੇ 1 ਤਾਹੀਂ ਕਰਕੇ ਬੱਚੇ ਆਪਾਂ ਇੱਕ ਰਫਲੀ ਯਾਦ ਕਰ ਲੈਨੇ ਹੁੰਨੇ ਆ ਵੀ ਜਦੋਂ ਅੰਡਰਰੂਟ ਵਾਲੀ ਰਕਮ ਨੂੰ ਉਸੇ ਅੰਡਰਰੂਟ ਵਾਲੀ ਰਕਮ ਨਾਲ ਗੁਣਾ ਕਰਦੇ ਆ ਤਾਂ ਅੰਡਰਰੂਟ ਖਤਮ ਹੋ ਜਾਂਦਾ ਠੀਕ ਹੈ ਪਰ ਲੌਜੀਕਲੀ ਉਹ ਐਦਾਂ ਖਤਮ ਹੁੰਦਾ ਠੀਕ ਹੈ ਬੇਟਾ ਸਮਝ ਆ ਗਿਆ ਨੈਕਸਟ ਦੇਖੋ 1/5x ਨੂੰ 1/5x ਨਾਲ ਗੁਣਾ ਕਰਾਂਗੇ ਤਾਂ ਇਹ ਆਨਸਰ ਆ ਜਾਏਗਾ 1/25x2 ਠੀਕ ਹੈ ਬੇਟਾ ਨੈਕਸਟ ਦੇ ਦੇਖਦੇ ਆ ਦੇ 32 ਦੇ ਵਿੱਚ ਆਪਾਂ ਕੀ ਕਰਨਾ ਹੈ ਆਇਡੈਂਟिटीज ਖੋਲਣੀਆਂ ਨੇ ਜਿਹੜੀ ਫਰਸਟ ਵਾਲਾ ਸਮ ਹੈ ਉਹਦੇ ਵਿੱਚ ਆਇਡੈਂਟੀ ਕਿਹੜੀ ਲੱਗ ਰਹੀ ਹੈ a b ਦਾ ਸਕੁਅਰ ਠੀਕ ਹੈ ਜੀ ਤਾਂ ਇਹ ਕਿਵੇਂ ਖੁੱਲਦੀ ਹੁੰਦੀ ਹੈ a² 2ab b² ਤਾਂ ਇਹਨੂੰ ਦੇਖ ਕੇ ਆਪਾਂ ਇਹਦਾ ਆਨਸਰ ਲਿਖਾਂਗੇ ਫਰਸਟ ਹੈਗਾ √2x ਉਹ ਦਾ ਸਕੁਅਰ 2 ਫਰਸਟ ਟਰਮ ਸੈਕਿੰਡ ਟਰਮ ਪਲੱਸ ਸੈਕਿੰਡ ਟਰਮ ਦਾ ਸਕੁਅਰ ਹੁਣ ਇਹਨੂੰ ਆਪਾਂ ਖੋਲਣਾ ਸਿੱਖਿਆ ਹੋਇਆ √2x ਦੀ ਸਕੁਅਰ ਨੂੰ ਹਨਾ ਇਹ ਆਨਸਰ ਆ ਗਿਆ ਸੀ 2x² ਇੱਥੇ ਆ ਜਾਏਗਾ ਆਪਣੇ ਕੋਲੇ 2 √2xy ਇੱਥੇ ਆ ਜਾਏਗਾ ਆਪਣੇ ਕੋਲੇ y² ਤੋਂ ਥਿਸ ਇਜ਼ ਦਾ ਕਰੈਕਟ ਐਕਸਪਲੇਨੇਸ਼ਨ ਆਫ ਥਿਸ ਸਮ ਠੀਕ ਹੈ ਬੇਟਾ ਤੇ ਇਹਨੂੰ ਆਪਾਂ ਐਕਸਪੈਂਡ ਕਰਤਾ ਆਈਡੈਂਟੀਟੀ ਯੂਜ਼ ਕਰਕੇ ਕਲੀਅਰ ਹੈ ਜੀ ਨੈਕਸਟ ਹੈਗਾ ਆਪਣੇ ਕੋਲੇ ਫਾਰਮੂਲਾ a b ਦਾ ਸਕਰ ਤਾਂ ਉਹਦੇ ਵਿੱਚ ਕੀ ਹੋਊਗਾ a² 2ab b² ਠੀਕ ਹੈ ਤਾਂ ਇਹਨੂੰ ਇਸ ਢੰਗ ਨਾਲ ਆਪਾਂ ਐਕਸਪੈਂਡ ਕਰਦੇ ਆਂ ਪਹਿਲਾਂ a² 2 a b ਫਿਰ b ਮਤਲਬ ਦੂਜੀ ਰਕਮ a ਮਤਲਬ ਪਹਿਲੀ ਰਕਮ ਠੀਕ ਹੈ ਤਾਂ 1/3 ਦਾ y ਦਾ ਸਕਰ ਕਰਾਂਗੇ ਇਹ ਆ ਜਾਏਗਾ ਬੇਟਾ ਜੀ 1/9 y² ਹੁਣ ਇਹਨੂੰ ਆਪਾਂ ਸੋਲਵ ਕਰਨਾ ਹੈ ਸੈਂਟਰ ਵਾਲੀ ਟਰਮ ਨੂੰ ਮਲਟੀਪਲਾਈ ਚ ਨੇ ਤਾਂ ਇਹ ਕੈਨਸਲ ਹੋ ਸਕਦੇ ਨੇ ਠੀਕ ਹੈ ਤਾਂ ਆਪਣੇ ਕੋਲੇ ਰਿਮੇਨਿੰਗ ਕੀ ਬਚਿਆ 2y 3 ਦਾ ਸਕੁਅਰ ਕਿੰਨਾ ਹੁੰਦਾ ਬੇਟਾ ਜੀ 9 ਤਾਂ ਇਹ ਹੋ ਗਈ ਆਪਣੀ ਇਸ ਸਮ ਦੀ ਆਪਾਂ ਉਸ ਨੂੰ ਐਕਸਪੈਂਡ ਕਰਤਾ ਆਈਡੈਂਟੀਟੀ ਨੂੰ ਯੂਜ਼ ਕਰਕੇ ਠੀਕ ਹੈ ਬੇਟਾ ਇਹਦੀ ਹੁਣ ਹੋਮ ਅਸਾਈਨਮੈਂਟ ਦੇਖਦੇ ਆਂ ਹੋਮ ਅਸਾਈਨਮੈਂਟ ਦੇ ਵਿੱਚ ਜਿਹੜਾ ਸਮ ਆਪਾਂ ਨੂੰ ਦਿੱਤਾ ਹੋਇਆ ਉਹ ਹੈਗਾ ਤਿੰਨ ਦੀ ਜਿਹੜੀ ਪਾਵਰ ਖੁੱਲਦੀ ਹੈ ਦੇਖੋ a plus b plus c ਦਾ ਜਿਹੜਾ ਹੋਲ ਸਕੁਅਰ ਖੁੱਲਦਾ ਹੁੰਦਾ ਕੀ ਆਇਡੈਂਟੀਟੀ ਹੁੰਦੀ ਹੈ ਉਹ a² b² c² 2ab plus 2bc plus 2ac ਇਹਨੂੰ ਆਇਡੈਂਟੀਟੀ ਨੂੰ ਯਾਦ ਕਰ ਲਓ ਹੁਣ ਆਪਾਂ ਇਹਨਾਂ ਸਮਸ ਦੇ ਵਿੱਚ ਇਸਨੂੰ ਯੂਜ਼ ਕਰਾਂਗੇ ਹਾਂਜੀ ਬੇਟਾ ਦੇਖੋ ਫਸਟ ਵਾਲਾ ਸਮ ਉਦੇ ਵਿੱਚ ਜੋ ਫਸਟ ਇਹ ਲਿਖਿਆ ਇਹਨੂੰ ਆਪਾਂ a ਲੈ ਰਹੇ ਹਾਂ ਇਸ ਨੂੰ b ਤੇ ਇਸ ਨੂੰ c ਵਿਦ ਸਾਈਨ ਠੀਕ ਹੈ ਤਾਂ ਬੇਟਾ ਦੇਖੋ a² b² c² ਤੋਂ abc ਮਾਈਂਡ ਚ ਕਲੀਅਰ ਰੱਖਿਓ ਫਸਟ ਸੈਕਿੰਡ ਤੇ ਥਰਡ ਟਰਮ ਹੈ ਠੀਕ ਹੈ ਫਿਰ ਹੈਗਾ ਆਪਣੇ ਕੋਲੇ 2 ਫਸਟ ਸੈਕਿੰਡ ਸਾਈਨ ਨਾਲ ਰੱਖਿਓ ਠੀਕ ਹੈ ਫਿਰ ਹੈਗਾ 2 ਸੈਕਿੰਡ ਥਰਡ ਇੱਕ ਮਿੰਟ ਇਹਦੇ ਸਮ ਦੇ ਵਿੱਚ ਇੱਕ ਪ੍ਰੋਬਲਮ ਜਿਹੜੀ ਮੈਨੂੰ ਦਿਖ ਰਹੀ ਹੈ ਉਹ ਇਹ ਹੈ ਵੀ ਇੱਥੇ ਵੀ y ਯੂਜ਼ ਕੀਤਾ ਹੋਇਆ ਇੱਥੇ ਵੀ y ਯੂਜ਼ ਕੀਤਾ ਹੋਇਆ ਇਹਦੇ ਨਾਲ ਇਹ ਸੋਲਵ ਨਹੀਂ ਹੋ ਰਿਹਾ ਠੀਕ ਹੈ ਤਾਂ ਇੱਥੇ ਆਪਾਂ ਜਾਂ ਤਾਂ z ਲਿਖ ਲੈਣੇ ਆ ਠੀਕ ਹੈ ਫਿਰ ਸੋਲਵ ਹੋ ਜਾਏਗਾ ਜਾਂ ਫਿਰ ਕੋਈ ਆਪਾਂ ਡਿਜੀਟ ਲਿਖ ਸਕਦੇ ਹਾਂ ਜਿਵੇਂ ਇਹਨੇ ਇੱਥੇ 2 ਲਿਖਿਆ ਤਾਂ ਆਪਾਂ z ਲੈ ਕੇ ਚੱਲ ਰਹੇ ਹਾਂ ਠੀਕ ਹੈ ਤਾਂ 2 ਸੈਕਿੰਡ ਥਰਡ 2 3 1 ਤਾਂ ਇਹਨੂੰ ਹੁਣ ਬਸ ਸੋਲਵ ਕਰ ਦੋ 4x ਦਾ ਸਕੁਅਰ ਕਿੰਨਾ ਬਣ ਜੇਗਾ ਬੇਟਾ 16x² 3x ਦਾ ਸਕੁਅਰ ਖੋਲੋਗੇ 3y ਇੱਥੇ ਆਪਾਂ z ਲਿਖਣਾ ਸੀ ਠੀਕ ਹੈ ਤਾਂ ਇਹ ਬਣ ਜੇਗਾ 9y² ਇੱਥੇ ਸੀਗਾ ਆਪਣੇ ਕੋਲੇ z² ਫਿਰ ਹੁਣ ਦੇਖੋ ਆ ਤਿੰਨ ਰਕਮਾਂ ਨੇ ਜਿਨ੍ਹਾਂ ਦੀ ਆਪਾਂ ਗੁਣਾ ਕਰਨੀ ਹੈ ਪਰ ਉਹਨਾਂ ਚ ਇੱਕ ਨੈਗੇਟਿਵ ਸਾਈਨ ਵੀ ਹੈ ਤਾਂ ਜਿਹੜਾ ਆਨਸਰ ਆਏਗਾ ਉਹ ਨੈਗੇਟਿਵ ਸਾਈਨ ਨਾਲ ਹੀ ਆਏਗਾ ਤਾਂ 4 2 8 ਤੇ 8 3 24 xy ਹੁਣ ਆਪਾਂ ਨੇ ਇਹਨਾਂ ਤਿੰਨ ਰਕਮਾਂ ਦੀ ਗੁਣਾ ਕਰਨੀ ਹੈ ਨੈਗੇਟਿਵ ਸਾਈਨ ਹੈ ਤਾਂ ਆਨਸਰ 'ਚ ਵੀ ਨੈਗੇਟਿਵ ਸਾਈਨ ਆਊਗਾ 3 2 6 yz ਫਿਰ ਪਲੱਸ 4 2 8 xz ਤਾਂ ਇਹ ਜਿਹੜਾ ਹੈ ਬਟਾ ਆਪਾਂ ਨੇ ਆਈਡੈਂਟੀਟੀ ਨੂੰ ਯੂਜ਼ ਕਰਕੇ ਸਮ ਦਾ ਸਮ ਨੂੰ ਐਕਸਪੈਂਡ ਕਰਿਆ ਠੀਕ ਹੈ ਬੇਟਾ ਜੀ ਸਿੰਪਲੀਫਾਈ ਐਕਸਪੈਂਡ ਸੋਲਵ ਆਪਾਂ ਕੁਝ ਵੀ ਕਹਿ ਸਕਦੇ ਹਾਂ ਹੁਣ ਆਪਾਂ ਇਸ ਦਾ ਸੈਕਿੰਡ ਪਾਰਟ ਕਰਦੇ ਹਾਂ ਉਹਦੇ ਵਿੱਚ ਦੇਖੋ a ਕੀ ਹੈ 3p ਦਾ ਹੋਲ ਸਕੁਅਰ b ਕੀ ਹੈ 4q ਦਾ ਹੋਲ ਸਕੁਅਰ b 4q ਆ ਠੀਕ ਹੈ c ਕਿੰਨਾ ਪੁੱਟ ਕਰਨਾ ਆਪਾਂ ਮਾਈਨਸ ਦਾ 2 ਉਸ ਦਾ ਹੋਲ ਸਕੁਅਰ ਫਿਰ ਪਲੱਸ 2 ਇੰਟੂ A b. Into b into 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 a. a b ਲਿਖੋ ਤੁਸੀਂ ਉਹੀ ਜੋ ਰਕਮ ਚ ਲਿਖਿਆ ਹੈ ਪਰ ਬੋਲੋ ਜੋ ਆਇਡੈਂਟੀਟੀ ਵਾਈਜ਼ ਸਹੀ ਹੈ 2 b c 2 c a ਤੁਸੀਂ ਪਹਿਲੇ ਦੂਜੀ ਰਕਮ ਵੀ ਬੋਲ ਸਕਦੇ ਹੋ ab ਵੀ ਬੋਲ ਸਕਦੇ ਹੋ ਠੀਕ ਹੈ ਜਿੱਦਾਂ ਤੁਹਾਨੂੰ ਆਇਡੈਂਟੀਟੀ ਯਾਦ ਕਰਨਾ ਈਜ਼ੀ ਲੱਗਦਾ 3p ਦਾ ਸਕੁਅਰ ਕਿੰਨਾ ਹੋ ਗਿਆ ਬੇਟਾ 9p² चौकम चौकी 16 क्या स्क्वायर प्लस 2 दूनी 4 ਹੁਣ ਅੱਗੇ ਦੇਖੋ ਆਪਾਂ ਇਹਨਾਂ ਤਿੰਨੋਂ ਰਕਮਾਂ ਦੀ ਗੁਣਾ ਕਰਨੀ ਹੈ ਸੋ ਸਾਰੇ ਪਲੱਸ ਪਲੱਸ ਨੇ ਆਪਣਾ ਆਨਸਰ ਵੀ ਪਲੱਸ ਜਾਊਗਾ 3 दूनी 6 6 चौका 24 p q ਇਹ ਤਿੰਨ ਰਕਮਾਂ ਦੀ ਗੁਣਾ ਕਰਾਂਗੇ ਇੱਕ ਨਿਸ਼ਾਨੀ ਮਾਈਨਸ ਦੀ ਆਊਗੀ ਤਾਂ 4 दूनी 8 8 दूनी 16 q 2 दूनी 4 4 तीये 12 ਠੀਕ ਹੈ ਬੇਟਾ ਇਹ ਸਮਝ ਆ ਗਿਆ ਤੁਹਾਨੂੰ ਸਭ ਕਿਦਾਂ ਹੈ ਆਪਾਂ ਆਇਡੈਂਟਿਟੀਜ਼ ਯੂਜ਼ ਕਰਨੀਆਂ ਨੇ ਠੀਕ ਹੈ ਹੁਣ ਚੱਲਦੇ ਆਪਨੇ ਨੈਕਸਟ ਡੇ ਦੇ ਕੰਮ ਤੇ ਹਾਂਜੀ ਡੇ ਨੰਬਰ 33 ਇਹਦੇ ਵਿੱਚ ਜਿਹੜੀ ਆਇਡੈਂਟਿਟੀ ਲਿਖੀ ਆ ਇਸ ਨੂੰ ਯਾਦ ਕਰ ਲਓ ਬੱਚੇ x a x b ਡਿਫਰੈਂਸ਼ੀਏਟ ਕਿਵੇਂ ਕਰਨਾ ਹੈ ਅੰਤਰ ਕਿਵੇਂ ਕਰਨਾ ਹੈ ਯਾਦ ਕਰਨ ਲਈ ਇਹਦਾ ਪਹਿਲਾ ਜਿਹੜਾ ਅੱਖਰ ਹੈ ਉਹ ਸੇਮ ਹੁੰਦਾ ਹੈ ਤੇ ਦੂਜਾ ਵਾਲਾ ਡਿਫਰੈਂਟ ਹੁੰਦਾ ਠੀਕ ਹੈ ਤਾਂ ਇਸ ਨੂੰ ਕਿਵੇਂ ਕਰਨਾ ਹੈ ਆਪਾਂ ਫਸਟ ਵਾਲੀ ਰਕਮ ਦਾ ਸਕੁਅਰ ਬ੍ਰੈਕਟ ਦੇ ਵਿੱਚ ਦੋਨੋਂ ਦੂਜੀਆਂ ਰਕਮਾਂ ਗੁਣਾ ਪਹਿਲੀ ਰਕਮ ਪਲੱਸ ਦੋਨੋਂ ਦੂਜੀਆਂ ਰਕਮਾਂ ਦੀ ਗੁਣਾ ਤਾਂ ਇਹਨੇ ਕਿਹਾ ਇਸ ਆਇਡੈਂਟੀਟੀ ਨੂੰ ਯੂਜ਼ ਕਰਕੇ 103 ਗੁਣਾ 104 ਦਾ ਮੁੱਲ ਪਤਾ ਕਰਨਾ ਠੀਕ ਹੈ ਤਾਂ ਹੁਣ ਦੇਖੋ ਤੁਸੀਂ ਕਹੋਗੇ ਇੱਥੇ ਤਾਂ ਦੋ ਬ੍ਰੈਕਟਾਂ ਸੀ ਤੇ ਸਾਨੂੰ ਤਾਂ 103 ਤੇ 104 ਦਿੱਤਾ ਹੈ ਤਾਂ ਇਹਦੇ ਵਿੱਚ ਆਪਾਂ ਪਹਿਲਾਂ 103 ਨੂੰ ਲਿਖਾਂਗੇ ਕੀ ਲਿਖੋਗੇ ਇਹ 100 3 ਠੀਕ ਹੈ ਤੇ ਜਿਹੜਾ 104 ਹੈ ਉਹ 100 4 ਹੈ ਦੇਖੋ ਹੁਣ ਇਹਦੀ ਲੈਫਟ ਸਾਈਡ ਵਰਗਾ ਦਿਖਣ ਲੱਗ ਗਿਆ ਹੁਣ ਇਹਨੂੰ ਆਪਾਂ ਇਸ ਆਈਡੈਂਟੀਟੀ ਦੇ ਅਨੁਸਾਰ ਖੋਲਦਿਆਂ ਪਹਿਲਾ ਹੈਗਾ ਜੋ ਵੀ ਫਸਟ ਰਕਮ ਹੈ ਉਹਦਾ ਸਕੁਅਰ ਪਲੱਸ ਦੋਨੋਂ ਦੂਜੀਆਂ ਰਕਮਾਂ ਮਲਟੀਪਲਾਈ ਕਿਦਣਾ ਕਰਨੀਆਂ ਹੈ ਪਹਿਲੀ ਰਕਮ ਨਾਲ ਪਲੱਸ ਦੋਨੋਂ ਦੂਜੀਆਂ ਰਕਮਾਂ ਦੀ ਗੁਣ ਠੀਕ ਹੈ ਹੁਣ 100 ਦਾ ਸਕੁਅਰ ਕਿੰਨਾ ਹੋਊਗਾ 1 ਦੇ ਨਾਲ 4 ਜ਼ੀਰੋਆਂ ਇਹਨੂੰ ਇੱਕੋ ਹੀ ਸਟੈਪ ਚ ਸੋਲਵ ਕਰੋ 4 ਤੇ 3 ਹੋ ਗਏ 7 7 ਨੂੰ 100 ਨਾਲ ਗੁਣਾ ਕਰਾਂਗੇ 700 ਤੇ 4 3 12 ਹੁਣ ਇਹ ਸਾਰੇ ਪਲੱਸ ਚ ਨੇ ਇਸਨੂੰ ਪਲੱਸ ਕਰ ਦਿਓ 10712 ਜਿਹੜਾ ਹੈ ਇਹਦਾ ਆਨਸਰ ਆ ਜਾਊਗਾ ਠੀਕ ਹੈ ਬੇਟਾ ਸਮਝ ਆ ਗਿਆ ਹੁਣ ਦੇਖਦੇ ਆ ਇਸਦੀ ਹੋਮ ਅਸਾਈਨਮੈਂਟ ਇਹੀ ਵਾਲੀ ਆਈਡੈਂਟੀਟੀ ਯੂਜ਼ ਕਰਨ ਨੂੰ ਕਿਹਾ ਗਿਆ ਹੋਊਗਾ ਹਾਂਜੀ ਐਕਸਪੈਂਡ ਦਾ ਫਾਲੋਇੰਗ ਯੂਜ਼ਿੰਗ ਸੂਟੇਬਲ ਆਈਡੈਂਟੀਟੀ ਸੇਮ ਉਹੀ ਆਈਡੈਂਟੀਟੀ ਹੈ ਬੇਟਾ ਦੇਖੋ ਫਸਟ ਸੇਮ ਹੈ ਸੈਕਿੰਡ ਡਿਫਰੈਂਟ ਤਾਂ ਖੋਲਦਿਆਂ ਹੁਣ ਇਹਨੂੰ ਆਪਾਂ ਐਕਸਪੈਂਡ ਕਰਦੇ ਆਂ ਫਸਟ ਦਾ ਸਕੁਅਰ ਪਲੱਸ ਦੋਨੋਂ ਦੂਜੀਆਂ ਰਕਮਾਂ ਗੁਣਾ ਫਸਟ ਫਿਰ ਦੋਨੋਂ ਦੂਜੀਆਂ ਰਕਮਾਂ ਦੀ ਗੁਣਾ ਠੀਕ ਹੈ ਬਸ ਇਹਨੂੰ ਸੋਲਵ ਕਰ ਦੋ 6 ਤੇ 5 ਕਿੰਨੇ ਹੋਗੇ ਬੇਟਾ 11 ਤੇ 6 5 30 ਠੀਕ ਹੈ ਜੀ ਹੁਣ ਇਸ ਨੂੰ ਸੋਲਵ ਕਰਦੇ ਆਂ x² ਪਲੱਸ ਦੋਨੋਂ ਦੂਜੀਆਂ ਦਾ ਇੱਥੇ ਲਿਖਣੀਆਂ ਹੁੰਦੀਆਂ ਨੇ ਠੀਕ ਹੈ ਤਾਂ ਉਹ ਮਾਈਨਸ ਦੀ ਤਾਂ ਆਪਾਂ ਨਾਲ ਮਾਈਨਸ ਦਾ ਸਾਈਨ ਉਸ ਦਾ ਲਿੱਤਾ ਇੱਥੇ ਮਲਟੀਪਲਾਈ ਜਦੋਂ ਕਰਨੀ ਹੈ ਉਦੋਂ ਵੀ ਨੈਗੇਟਿਵ ਸਾਈਨ ਆਪਾਂ ਨਾਲ ਲੈਣਾ ਠੀਕ ਹੈ ਬੇਟਾ x² ਹੁਣ ਦੇਖੋ 9 ਜਿਹੜਾ ਹੈ ਉਹ ਮਾਈਨਸ ਦਾ 8 ਜਿਹੜਾ ਹੈ ਉਹ ਪਲੱਸ ਦਾ ਤਾਂ ਜਦੋਂ ਆਪੋਜ਼ਿਟ ਸਾਈਨ ਹੁੰਦੇ ਨੇ ਆਪਾਂ ਘਟਾਓ ਕਰਨਾ ਹੁੰਦਾ ਠੀਕ ਹੈ 9 ਚੋਂ 8 ਘਟਾਵਾਂਗੇ 1 ਨਿਸ਼ਾਨੀ ਆਊਗੀ ਵੱਡੇ ਅੱਖਰ ਦੀ ਇਹਦਾ ਆਨਸਰ ਆਇਆ -1 ਹੁਣ ਮਾਈਨਸ ਦਾ ਆਪਾਂ 1x ਲਿਖਾਂਗੇ ਤਾਂ ਆਰਡ ਲੱਗਦਾ ਹੈ ਹਨਾ ਤਾਂ ਆਪਾਂ ਕੀ ਲਿਖਾਂਗੇ ਮਾਈਨਸ ਦਾ x 9 ਨੂੰ 8 ਨਾਲ ਮਲਟੀਪਲਾਈ ਕਰਾਂਗੇ 9 8 72 ਤਾਂ ਨੈਗੇਟਿਵ ਸਾਈਨ ਨਾ ਲਾਊਗਾ ਠੀਕ ਹੈ ਬੇਟਾ ਇਹ ਸਮਝ ਆ ਗਿਆ ਨੈਕਸਟ ਦੇਖਦੇ ਹਾਂ ਚਲੋ ਨੈਕਸਟ ਜਿਹੜੀ ਆਇਡੈਂਟੀਟੀ ਹੈ ਉਹਦੇ ਨਾਲ ਆਪਾਂ ਵੈਸੀ ਹੀ ਜਾਣੂ ਆ ਸੱਤਵੀਂ ਤੋਂ ਆਪਾਂ ਹੀ ਆਇਡੈਂਟੀਟੀ ਯੂਜ਼ ਕਰ ਰਹੇ ਹਾਂ a b ਦਾ ਹੋਲ ਸਕੁਅਰ ਪਿੱਛੇ ਵੀ ਆਪਾਂ ਪਿਛਲੇ ਦਿਨ ਚ ਵੀ ਆਪਾਂ ਇਹ ਯੂਜ਼ ਕੀਤੀ ਆ a2+2ab+b2 ਨਾਲ ਇਹਨੂੰ ਐਕਸਪੈਂਡ ਕਰ ਦੇਣਾ ਤੇ ਆਪਾਂ ਵੈਲਿਊ ਕਿਹਦੀ ਕੱਢਣੀ ਹੈ ਇਹਦੇ ਨਾਲ 105 ਦਾ ਸਕਰ ਤਾਂ ਹੁਣ 105 ਨੂੰ ਪਹਿਲਾਂ ਖੋਲ ਕੇ ਲਿਖੋ 100+5 ਦਾ ਸਕਰ ਹੁਣ ਇਸ ਤੇ ਇਹ ਆਇਡੈਂਟੀਟੀ ਲਗਾ ਦਿਓ a2 2 गुणा a गुणा b ਜੇ ਤਾਂ ਆਪਾਂ a ਤੇ b ਬੋਲਦੇ ਆ ਉਹਦਾ ਮਤਲਬ ਹੁੰਦਾ ਜੋ ਵੀ ਇਹਦੇ ਵਿੱਚ ਫਸਟ ਤੇ ਸੈਕੰਡ ਰਕਮ ਹੈ ਠੀਕ ਜੇ ਐਦਾਂ ਤੁਹਾਨੂੰ ਔਖਾ ਲੱਗਦਾ ਬੇਟਾ ਇਹਨੂੰ ਐਵੇਂ ਲਿਖ ਲਿਆ ਕਰੋ BAA B ਦਾ ਸਕੁਅਰ ਖੋਲਣਾ ਹੈ ਤਾਂ ਉਹਦੇ ਵਿੱਚ A ਤੁਹਾਡੇ ਕੋਲੇ 100 ਹੈ ਤੇ B ਤੁਹਾਡੇ ਕੋਲੇ 5 ਹੈ ਠੀਕ ਤਾਂ ਇਹਦੇ ਨਾਲ ਵੀ ਤੁਹਾਨੂੰ इजी ਰਹੂਗਾ ਜਦੋਂ ਵੈਲਿਊਜ਼ ਲਿਖ ਲਓਗੇ ਹੁਣ ਇਹਨੂੰ ਖੋਲੋ ਜੀ 100 ਦਾ ਸਕੁਅਰ ਅੱਛਾ ਕਈ ਵਾਰ ਬੱਚੇ ਕੀ ਕਰਦੇ ਨੇ 100 ਦਾ ਸਕੁਅਰ ਖੋਲਣ ਲਈ 100 ਦੇ نیچے 100 ਲਿਖਦੇ ਨੇ ਫਿਰ ਬਹੁਤ ਵੱਡੀ ਸਾਰੀ ਗੁਣਾ ਕਰਦੇ ਨੇ ਤਾਂ ਐਦਾਂ ਨਹੀਂ ਆਪਾਂ ਕਰਨਾ ਆਪਾਂ ਸਿਰਫ ਡਿਜੀਟ ਨੂੰ ਗੁਣਾ ਕਰੋ 1 ਨੂੰ 1 ਨਾਲ ਗੁਣਾ ਕਰਾਂਗੇ 1 ਆ ਜਾਊਗਾ ਜਿੰਨੀਆਂ ਜ਼ੀਰੋਆਂ ਤੁਹਾਨੂੰ ਪਿੱਛੇ ਦਿਖ ਰਹੀਆਂ ਨੇ ਉਹ ਆਨਸਰ 'ਚ ਨਾਲ ਲਗਾ ਦੇਣੀ ਐ ਠੀਕ ਐ ਬੇਟਾ ਸਮਝ ਆ ਗਿਆ ਤਾਂ 1 ਦੇ ਨਾਲ ਕਿੰਨੀਆਂ ਜ਼ੀਰੋਆਂ ਲਗਾਤੀਆਂ ਆਪਾਂ 4 ਇਹਨੂੰ ਮਲਟੀਪਲਾਈ ਕਰੋ 5 2 10 10 1 10 ਨਾਲ ਜ਼ੀਰੋਆਂ ਕਿੰਨੀਆਂ ਆਣਗੀਆਂ 2 5 5 25 ਤਾਂ ਕਈ ਵਾਰ ਆਪਨੇ ਤਾਂ ਔਰਲੀ ਜੋੜ ਨਹੀਂ ਵੀ ਹੁੰਦਾ ਤਾਂ ਆਪਾਂ ਰਕਮ ਦੇ ਨੀਚੇ ਰਕਮ ਲਿਖ ਕੇ ਵੀ ਜੋੜ ਕਰ ਸਕਦੇ ਹਾਂ ਇਹਨਾ ਤਿੰਨ ਨੂੰ ਆਪਾਂ ਜੋੜਨਾ ਹੈ ਤਾਂ ਆਨਸਰ ਕਿੰਨਾ ਆਜੂਗਾ ਬੇਟਾ 11025 ਠੀਕ ਹੈ ਜੀ ਤਾਂ ਸਮਝ ਆ ਗਿਆ ਐ ਸਭ ਸਾਰਿਆਂ ਨੂੰ ਹੁਣ ਦੇਖਦੇ ਆ ਇਸ ਦੀ ਹੋਮ ਅਸਾਈਨਮੈਂਟ ਚ ਤਾਂ ਇਸੇ ਤਰ੍ਹਾਂ ਦੇ ਸਾਹਮਣੇ ਆਪਣੇ ਕੋਲੇ ਏਸੀ ਆਈਡੈਂਟੀਟੀ ਨੂੰ ਯੂਜ਼ ਕਰਕੇ ਫਰਸਟ ਵਾਲੇ ਦੇ ਵਿੱਚ ਵੇਰੀਏਬਲ ਨੇ ਸੈਕਿੰਡ ਆਪਣੇ ਕੋਲੇ 1 ਮਿੰਟ ਸੈਕਿੰਡ ਇਹੀ ਸਾਹਮਣੀ ਹੈਗਾ ਹਾਂਜੀ ਸੈਕਿੰਡ ਤਾਂ 105 ਦਾ ਸਕੁਅਰ ਹੀ ਹੈ ਤਾਂ ਆਪਾਂ ਇਹ ਨਹੀਂ ਕਰਾਂਗੇ ਰਿਪੀਟ ਹੈ ਹਾਂਜੀ ਤਾਂ ਇਹਦੇ ਵਿੱਚ ਜੋ ਵੀ ਫਸਟ ਰਕਮ ਹੈ ਉਸ ਦਾ ਸਕੁਅਰ ਪਲੱਸ 2 ਇੰਟੂ ਫਸਟ ਇੰਟੂ ਸੈਕਿੰਡ ਦੇਖੋ ਮੈਂ ਕਈ ਵਾਰ ਫਸਟ ਸੈਕਿੰਡ ਬੋਲ ਲੰਨੀ ਆ ਕਈ ਵਾਰ ਏ ਬੀ ਬੋਲ ਲੰਨੀ ਆ ਜਿੱਦਾਂ ਤੁਹਾਨੂੰ ਈਜ਼ੀ ਲੱਗਦਾ ਬੇਟਾ ਉਸ ਤਰ੍ਹਾਂ ਨਾਲ ਆਈਡੈਂਟੀਟੀ ਨੂੰ ਯਾਦ ਕਰੋ ਠੀਕ ਹੁਣ 2x ਦਾ ਸਕੁਅਰ ਕਿੰਨਾ ਆਜੂਗਾ ਬੱਚੇ 4x² ਇਹਨਾਂ ਨੂੰ ਮਲਟੀਪਲਾਈ ਕਰੋ ਸਾਰੇ ਡਿਜੀਟਸ ਨੂੰ ਕਰੋ ਪਹਿਲਾਂ 2 ਦੁਨੀ 4 4 ਤੀਏ 12 ਨਾਲ ਕਿਹੜੇ ਵੇਰੀਏਬਲ ਆ ਗਏ x ਤੇ y 3y ਦਾ ਸਕੁਅਰ ਖੋਲੋਗੇ 9y² ਠੀਕ ਹੈ ਬੇਟਾ ਹੁਣ ਆਪਾਂ ਚੱਲਦੇ ਆ ਇਸ ਤੋਂ ਨੈਕਸਟ ਡੇ ਤੇ ਡੇ ਨੰਬਰ 35 ਇਹਦੇ ਵਿੱਚ ਆਇਡੈਂਟੀਟੀ ਯੂਜ਼ ਕੀਤੀ ਹੈ a b ਦਾ ਹੋਲ ਸਕੁਅਰ ਤਾਂ ਇਹ ਕਿਵੇਂ ਖੁੱਲਦਾ ਹੁੰਦਾ ਹੈ a² 2ab b² ਤਾਂ a ਤੇ b ਕੀ ਨੇ ਰਕਮਾਂ ਨੇ ਜਿਹੜੇ ਤੁਹਾਨੂੰ ਦਿੱਤੀਆਂ ਹੋਣਗੀਆਂ ਤਾਂ ਜਿਵੇਂ ਆਪਾਂ ਨੂੰ ਇਹਨੇ ਕਿਹਾ ਵੀ ਇਹਨੂੰ ਯੂਜ਼ ਕਰਕੇ ਆਪਾਂ 97 ਦਾ ਸਕੁਅਰ ਕੱਢਣਾ ਹੈ ਤਾਂ 97 ਨੂੰ ਕਿਵੇਂ ਲਿਖ ਸਕਦੇ ਹੋ ਪਹਿਲਾਂ ਤਾਂ 100 3 ਦਾ ਸਕੁਅਰ ਤਾਂ 97 ਕਿਵੇਂ ਬਣਦਾ ਹੈ ਜਦੋਂ ਆਪਾਂ 100 ਦੇ ਵਿੱਚੋਂ 3 ਘਟਾਉਨੇ ਆ ਠੀਕ ਹੈ ਹੁਣ ਆਇਡੈਂਟੀ ਇਹਦੇ ਵਰਗੀ ਲੱਗਣ ਲੱਗੀ ਨਾ a b ਦਾ ਸਕੁਅਰ ਚਲੋ ਹੁਣ ਇਹਨੂੰ ਐਕਸਪੈਂਡ ਕਰੋ 100 ਦਾ ਸਕੁਅਰ ਫਿਰ 2 ਗੁਣਾ ਕੀ ਆਊਗਾ ਹੁਣ ਬੋਲੋ a ਕਿੰਨੀ ਹੈ 100 b ਕਿੰਨੀ ਹੈ 3 네ਗੇਟਿਵ ਆਪਾਂ ਮੂਰੇ ਲਾ ਲਿਆ ਠੀਕ ਹੈ ਇੱਥੇ ਕੋਈ 네ਗੇਟਿਵ ਨਹੀਂ ਯੂਜ਼ ਕੀਤਾ ਹੋਇਆ ਤਾਂ b ਦਾ ਸਕੁਅਰ ਕਿੰਨਾ ਹੈ 3 ਦਾ ਸਕੁਅਰ ਇਹ ਤੁਸੀਂ ਇੱਥੇ ਮਾਈਨਸ ਵੀ ਲਗਾ ਲਓਗੇ ਤਾਂ ਵੀ ਤੁਹਾਨੂੰ ਅੰਡਰਸਟੂਡ ਹੈ ਕਿ ਉਹ ਮਾਈਨਸ ਦਾ ਸਕੁਅਰ ਕਰੋਗੇ ਆਨਸਰ ਪਲੱਸ ਜੀ ਆਊਗਾ ਠੀਕ ਤਾਂ ਇਹਦੇ ਨਾਲ ਕਿੰਨੀਆਂ ਜ਼ੀਰੋਜ਼ ਆ ਗਈਆਂ ਬੇਟਾ 4 ਇਹਨੂੰ ਗੁਣਾ ਕਰੋ 3 2 6 100 ਨਾਲ ਗੁਣਾ ਕਰੋਗੇ 600 3 3 9 ਹੁਣ ਇਹਦੇ ਵਿੱਚ ਆਪਾਂ ਕਰਨਾ ਹੈ ਮਾਈਨਸ ਇੱਥੇ ਆਪਾਂ ਕਰ ਸਕਦੇ ਹਾਂ ਗਲਤੀ ਇਸ ਕਰਕੇ ਉੱਪਰ نیچے ਰਕਮਾਂ ਲਿਖ ਕੇ ਮਾਈਨਸ ਕਰੋ 0 ਚੋਂ 0 ਕਟਾਈ 0 0 ਚੋਂ 0 ਕਟਾਈ 0 ਹੁਣ 0 ਚੋਂ 6 ਨਹੀਂ ਨਿਕਲਦਾ ਇੱਥੋਂ ਆਪਾਂ ਹਸਲ ਲਵਾਂਗੇ ਪੂਰੇ 10 ਬਣਜੂ ਇੱਥੇ 9 ਰਹਿਜੂ 10 ਚੋਂ 6 ਗਏ 4 ਉਰੇ ਆ ਗਿਆ 9 ਤਾਂ ਇਹ ਬਣ ਗਏ ਬੇਟਾ ਜੀ 9400 ਉਸ ਚ 9 ਜੋੜੋਂਗੇ 9400 9 ਦੇਖੋ ਸਮਝ ਆ ਗਿਆ ਹੁਣ ਇਹ ਤੁਹਾਨੂੰ 10000 ਸੀ ਜੇ ਆਪਾਂ 10000 ਚੋਂ 600 ਘਟਾਵਾਂਗੇ ਤਾਂ 9400 ਹੀ ਰਹਿ ਜਾਊਗਾ ਠੀਕ ਹੈ ਆਪਾਂ ਐਵੇਂ ਔਰਲੀ ਵੀ ਕਰ ਸਕਦੇ ਹਾਂ ਛੋਟੇ ਛੋਟੇ ਘਟਾਓ ਐ ਜਿਆਦਾ ਵੱਡੀ ਤਾਂ ਹੈ ਨਹੀਂ ਫਿਰ ਉਹਦੇ ਵਿੱਚ ਆਪਾਂ 9 ਜੋੜਨੇ ਆ ਠੀਕ ਹੈ ਬੇਟਾ ਹੁਣ ਇਸ ਦੀ ਹੋਮ ਅਸਾਈਨਮੈਂਟ ਹਾਂਜੀ ਇਹਦੇ ਵਿੱਚ ਹੀ ਆਪਾਂ ਨੂੰ ਦੋ ਸਮ ਦਿੱਤੇ ਹੋਏ ਨੇ ਐਕਸਪੈਂਡ ਦਾ ਫੋਲੋਇੰਗ ਯੂਜ਼ਿੰਗ ਸੂਟੇਬਲ ਆਈਡੈਂਟੀਟੀ ਤਾਂ ਪਹਿਲੇ ਦੇ ਵਿੱਚ A ਤੇ X ਦੇ ਬਰਾਬਰ ਹੈ ਤੇ B 5Y ਦੇ ਬਰਾਬਰ ਹੈ ਚਲੋ ਖੋਲਦੇ ਆ ਇਸ ਨੂੰ ए स्केर माइनस दो गुणा ए गुणा बी प्लस बी स्केर तो तीन एक्स का स्केयर कि हो जूगा खोलों के नौ एक्स स्केयर मल्टीप्लाई करो तीन दुनी छः छे, छे पांजा, ती इ आजूगा पाँच पाँ पच्ची वाई स्केयर हूँ है अपने को छियानवे का स्केयर तो छियानवे को किमें लिख स 100 4 ਦਾ ਸਕੁਅਰ ਚਲੋ ਜੀ ਖੋਲੋ ਇਸ ਨੂੰ ਹੁਣ 100 ਦਾ ਸਕੁਅਰ 2 100 4 4 ਦਾ ਸਕੁਅਰ ਬੇਟਾ ਔਖੇ ਨਹੀਂ ਹੁੰਦੇ ਇਹ ਸੌਖੇ ਹੁੰਦੇ ਨੇ ਜੇ ਆਪਾਂ ਥੋੜਾ ਜਿਹਾ ਦਿਮਾਗ ਲਾ ਕੇ ਇਹਨਾਂ ਨੂੰ ਯਾਦ ਕਰ ਲਈਏ ਠੀਕ ਹੈ ਤਾਂ 4 2 8 4 4 16 ਹੁਣ 10000 ਦੇ ਵਿੱਚੋਂ ਆਪਾਂ 800 ਘਟਾਉਣਾ ਹੈ ਘਟਾਓ ਜੀ 0 0 10 ਚੋਂ 8 ਗਏ 2 ਇੱਥੇ ਆਪਣੇ ਕੋਲੇ 9 ਰਹਿ ਗਿਆ ਸੀ ਤਾਂ ਇਹ ਕਿ ਨਾਜੂਗਾ 9200 ਤਾਂ 9200 ਦੇ ਵਿੱਚ 16 ਜੋੜਨੇ ਨੇ ਇਹਦਾ ਆਨਸਰ ਆਜੂਗਾ 9216 ਠੀਕ ਹੈ ਬਟਾ ਨੈਕਸਟ ਦੇਖਦੇ ਆ 36ਵਾਂ ਦਿਨ ਇਹ ਹੈਗਾ ਦਿੱਤੇ ਹੋਏ ਚਿੱਤਰ ਵਿੱਚੋਂ ਦੋ ਅਜਈਆਂ ਸੰਖਿਆਵਾਂ ਪਤਾ ਕਰੋ ਜਿਨ੍ਹਾਂ ਦਾ ਜੋੜ ਆਵੇ 14 ਤੇ ਗੁਣਾ ਆਵੇ 48 ਤਾਂ ਪਾ ਇਸ ਤਰ੍ਹਾਂ ਦੇ ਥੋੜੇ ਜੀ 31ਵੇਂ 31ਵੇਂ ਦਿਨ ਚ ਵੀ ਕੀਤੇ ਸੀ ਨਾ ਕੁਐਸਚਨ ਤਾਂ ਰਿਪੀਟ ਹੋਇਆ from the following figure find two numbers whose sum is 14 and product is 48 da labbo beta ji pehla ta ehi dekh lo ve kide joriyan da jor 14 banda ta 13 te 1 14 banda par ohdi guna 48 nahi bandi to cancel karange theek hai 14 hor kida jor ban rha 10 te 4 14 par inna di vi guna 48 nahi bandi cancel karo 8 te 6 14 806 48 ਲੱਭ ਲਿਆ ਤਾਂ ਕਿਹੜੇ ਕਿਹੜੇ ਦੋ ਨੰਬਰ ਲੱਭ ਲਿਆ ਆਪਾਂ 8 ਤੇ 6 ਜਿਨ੍ਹਾਂ ਨੂੰ ਜੋੜ ਕੇ ਆਉਂਦਾ 14 ਤੇ ਗੁਣਾ ਆਉਂਦਾ 48 ਨੈਕਸਟ ਹੈਗਾ ਮਿਲਾਨ ਕਰਨਾ ਹੈ ਆਪਾਂ ਹਾਂਜੀ ਦੇਖੋ ਮਿਲਾਨ ਕਰਨ ਦੇ ਵਿੱਚ ਪਹਿਲਾਂ ਆਪਾਂ ਸਭ ਤੋਂ ਛੋਟੇ ਜਿਹੜੇ ਹੈਗੇ ਆਏ ਦੇ ਵਿੱਚ ਤਾਂ ਆਇਡੈਂਟੀਟੀ ਲੱਗਣੀ ਹੈ ਇਹਨੂੰ ਆਪਾਂ ਐਂਡ ਤੇ ਸੋਲਵ ਕਰਾਂਗੇ ਤਾਂ ਪਹਿਲਾਂ ਆਪਾਂ ਛੋਟਿਆਂ ਨੂੰ ਸੋਲਵ ਕਰਦਿਆਂ ਸਭ ਤੋਂ ਪਹਿਲਾਂ ਇਹ ਸਕੁਅਰ ਖੋਲਣਾ ਆਪਾਂ ਹੁਣੀ ਸਿੱਖਿਆ ਹੈ ਨਾ ਇਹਨੂੰ ਦੇਖੋ -3/5y² ਤਾਂ -3/5y ਨੂੰ ਆਪਾਂ ਦੇ 3/5y ਨਾਲ ਹੀ ਗੁਣਾ ਕਰਨੀ ਹੈ 네ਗੇਟਿਵ ਕੈਨਸਲ ਹੋਗੇ 3 3 5 5 ती 5 9 5 5 25y² ਤਾਂ ਇਹ ਕਿਹਦੇ ਨਾਲ ਮਿਲ ਰਿਹਾ ਬੱਚੇ ਤਾਂ ਇਹ ਮਿਲ ਰਿਹਾ ਹੈ ਇਹ ਦੇ ਨਾਲ 9/25y² ਹੁਣ ਇਹ ਦੋਨੋਂ ਸੇਮ ਸੇਮ ਲੱਗ ਰਹੇ ਨੇ ਥੋੜਾ ਧਿਆਨ ਨਾਲ ਇਹਨੂੰ ਆਪਾਂ ਚੱਲਾਂਗੇ ਤਾਂ ਇਹਨਾਂ ਦੋਨਾਂ ਚੋਂ ਹੀ ਆਨਸਰ ਹੋ ਸਕਦਾ ਦੇਖੋ ਬੇਟਾ ਹੁਣ 3 2 6 x ਕਿੰਨੇ ਨੇ 2 ਤਾਂ 3 2 6 x² yz ਤਾਂ ਕਿਹਦੇ ਨਾਲ ਮਿਲਦਾ ਲੱਗ ਰਿਹਾ ਹੈ ਆਪਾਂ ਨੂੰ 4th ਵਾਲੇ ਨਾਲ ਇਹਦਾ ਆਨਸਰ ਕਿੰਨਾ ਆ ਰਿਹਾ ਦੇਖੋ 3 2 6 x ਡਬਲ ਨੇ ਫਿਰ y ਸਿੰਗਲ ਹੈ z ਡਬਲ ਹੈ ਠੀਕ ਹੈ ਤਾਂ 6x²yz² ਤਾਂ ਇਹ ਕਿੰਨਾ ਮਿਲ ਰਿਹਾ ਹੈ ਇਹ ਦੇ ਨਾਲ ਤਾਂ ਜੋ ਲਾਸਟ ਰਹਿ ਗਿਆ ਉਹ ਆਇਡੈਂਟੀਟੀ ਖੋਲ ਲਈਏ ਵੈਸੇ ਵੀ ਜੇ ਤੁਸੀਂ ਉਹਨੂੰ ਖੋਲ ਕੇ ਦੇਖੋ 1st ਦਾ ਸਕੁਆਇਰ x² ਠੀਕ ਹੈ ਤਾਂ 3 ਤੇ 4 ਜੋੜੇ 7x 4 3 12 ਠੀਕ ਹੈ ਜੀ ਤਾਂ ਆਪਾਂ ਇਹ ਮਿਲਾਨ ਕਰਤਾ ਨੈਕਸਟ ਦੇਖਦੇ ਆਂ ਅੱਛਾ ਹੁਣ ਇਹ ਗ੍ਰਾਫ ਵਾਲੇ ਸ਼ੁਰੂ ਹੋਗੇ ਠੀਕ ਹੈ d 37 ਤੋਂ ਕਾਗਜ਼ ਦੇ ਖੱਬੇ ਕਿਨਾਰੇ ਤੋਂ 4 ਸੈਂਟੀਮੀਟਰ ਦੂਰੀ ਤੇ ਇੱਕ ਬਿੰਦੂ ਲਗਾਓ ਸਟੂਡੈਂਟਸ ਵਿਲ ਆਸਕ ਟੂ ਮਾਰਕ ਅ ਪੁਆਇੰਟ ਐਟ ਅ ਡਿਸਟੈਂਸ ਆਫ 4 ਸੈਂਟੀਮੀਟਰ ਫ੍ਰੋਮ ਦਾ ਲੈਫਟ ਐਜ ਆਫ ਪੇਪਰ ਵਿਲ ਦਾ ਪੋਜੀਸ਼ਨ ਆਫ ਪੁਆਇੰਟ ਮਾਰਕਡ ਬਾਈ 올 ਦਾ ਸਟੂਡੈਂਟਸ ਵੀ ਸੇਮ ਕੀ ਸਾਰੇ ਵਿਦਿਆਰਥੀਆਂ ਦੁਆਰਾ ਲਗਾਏ ਗਏ ਬਿੰਦੂ ਦੀ ਸਥਿਤੀ ਇੱਕੋ ਜੀ ਹੋਵੇਗੀ ਪਹਿਲਾਂ ਤਾਂ ਆਪਾਂ ਨੂੰ ਇਹ ਪੁੱਛਿਆ ਮੰਨ ਲਓ ਇਹ ਪੇਪਰ ਹੈ ਬੇਟਾ ਠੀਕ ਹੈ ਜਿਹੜਾ ਤੁਹਾਡੇ ਕੋਲ ਕਾਗਜ਼ ਹੈ ਇੱਕ ਮਿੰਟ ਥੋੜਾ ਇਹਨੂੰ ਖਾਲੀ ਥਾਂ ਤੇ ਬਣਾਉਨੇ ਆ ਮੰਨ ਲਓ ਇਹ ਪੇਪਰ ਹੈ ਤੁਹਾਨੂੰ ਕਿਹਾ ਵੀ ਖੱਬੇ ਕਿਨਾਰੇ ਤੋਂ ਇਹ ਲੈਫਟ ਹੈ ਇਹ ਰਾਈਟ ਹੈ ਖੱਬੇ ਕਿਨਾਰੇ ਤੋਂ 4 ਸੈਂਟੀਮੀਟਰ ਦੂਰ ਪੁਆਇੰਟ ਲਗਾਣਾ ਹੁਣ ਮੈਂ ਹੋ ਸਕਦਾ ਇਸ ਖੁੰਜੇ ਤੋਂ ਮਿਲ ਲਵਾਂ ਤੇ ਇੱਥੇ ਪੁਆਇੰਟ ਲਗਾ ਦਵਾਂ 4 ਸੈਂਟੀਮੀਟਰ ਹਨਾ ਥੋੜਾ ਮਨ ਕਰ ਰਿਹਾ ਤੁਸੀਂ ਵਿਚ ਵਿਚਾਲੇ ਉਹ ਜੇ ਮਿਲ ਲਓ ਇੱਥੇ ਪੁਆਇੰਟ ਲਗਾ ਸਕਦੇ ਹੋ ਕਿਸੇ ਦਾ ਮਨ ਕਰਦਾ ਹੈ ਉੱਪਰਲੇ ਕਿਨਾਰੇ ਤੋਂ ਮਿਲ ਸਕਦਾ ਹੈ ਇੱਥੇ ਮਿਲ ਸਕਦਾ ਹੈ ਇੱਥੇ ਮਿਲ ਸਕਦਾ ਹੈ ਇੱਥੇ ਮਿਲ ਸਕਦਾ ਮਤਲਬ ਇਧਰੋਂ ਜਿਹੜਾ ਡਿਸਟੈਂਸ ਹੈ ਉਹ 4 ਹੋਣਾ ਚਾਹੀਦਾ ਤਾਂ ਕਿ ਸਾਰੇ ਬੱਚਿਆਂ ਨੇ ਇੱਕੋ ਜਿਹਾ ਪੁਆਇੰਟ ਲਗਾਇਆ ਤਾਂ ਪਹਿਲੇ ਦਾ ਆਨਸਰ ਆ ਜਾਊਗਾ ਨੋ ਨਹੀਂ ਵਿਦਿਆਰਥੀਆਂ ਨੂੰ ਬਿੰਦੂ ਦੀ ਸਥਿਤੀ ਹੀਟਲੇ ਕਿਨਾਰੇ ਤੋਂ ਪਤਾ ਕਰਨ ਲਈ ਕਿਹਾਂ ਜਾਵੇਗਾ ਜੇ ਆਪਾਂ ਦੇਖਣਾ ਵੀ ਉਹਨਾਂ ਨੇ ਕਿੱਥੇ-ਕਿੱਥੇ ਪੁਆਇੰਟ ਡਰਾ ਕੀਤਾ ਤਾਂ ਆਪਾਂ ਨੂੰ ਕੱਲਾ ਲੈਫਟ ਤੋਂ ਨਹੀਂ ਆਪਾਂ ਨੂੰ ਬਾਟਮ ਤੋਂ ਵੀ ਨਿਚਲੇ ਪਾਸਿਓਂ ਤੋਂ ਵੀ ਉਸ ਪੁਆਇੰਟ ਦੀ ਸਥਿਤੀ ਜਾਣਣੀ ਪਊਗੀ ਠੀਕ ਹੈ ਬੇਟਾ ਸਮਝ ਆ ਗਿਆ ਤਾਂ ਇਹਦਾ ਆਨਸਰ ਤੁਸੀਂ ਲਿਖੋਗੇ 9 ਤੇ ਉਸ ਤੋਂ ਬਾਅਦ ਆਪਾਂ ਉਸ ਨੂੰ ਮੈਜ਼ਰ ਕਰ ਲਾਂਗੇ ਨੈਕਸਟ ਦੇਖੋ ਬੇਟਾ ਹੇਠਾਂ ਦਿੱਤੀਆਂ ਦੂਰੀਆਂ ਅਨੁਸਾਰ ਇੱਕ ਸਾਫ਼ ਕਾਗਜ਼ ਤੇ ਬਿੰਦੂ ਅੰਕਿਤ ਕਰੋ పేజ్ ਸਾਫ਼ ਲੈਣਾ ਹੈ ਰੈਕਟੈਂਗੂਲਰ ਲੈ ਲਓ ਆਇਤਾਕਾਰ পেਪਰ ਲੈ ਲਓ ਜਿਵੇਂ ਇਹ পেਪਰ ਤੁਸੀਂ ਲੈ ਲਿਆ ਖੱਬੇ ਕਿਨਾਰੇ ਤੋਂ 3 ਤੇ ਹੇਠਲੇ ਕਿਨਾਰੇ ਤੋਂ 7 ਤਾਂ ਤੁਸੀਂ ਕੀ ਕਰਨਾ ਹੈ ਜਿਵੇਂ ਆਹ ਹੇਠਾਂ ਕਿਨਾਰਾ ਹੈ ਠੀਕ ਹੈ ਤਾਂ ਇਹਦੇ ਤੋਂ ਤਾਂ ਤੁਸੀਂ 7 ਉੱਪਰ ਜਾਣਾ ਤੇ ਇਧਰੋਂ ਤੁਸੀਂ 3 ਜਾਣਾ ਤਾਂ ਬੈਸਟ ਵੇ ਕੀ ਹੈ ਕਿ ਪਹਿਲਾਂ ਲੈਫਟ ਸਾਈਡ ਤੋਂ 3 ਸੈਂਟੀਮੀਟਰ ਆਪਾਂ ਇੱਕ ਫਾਲਸ ਲਾਈਨ ਡਰਾ ਕਰ ਲਓ ਠੀਕ ਹੈ ਹਲਕੀ ਜਿਹੀ ਲਾਈਨ ਡਰਾ ਕਰ ਲਓ ਇਹ ਹੇਠਲੇ ਕਿਨਾਰੇ ਤੋਂ ਇੱਥੋਂ ਆਪਾਂ 7 ਸੈਂਟੀਮੀਟਰ ਡਰਾ ਕਰ ਦੋ 7 ਸੈਂਟੀਮੀਟਰ ਜਦੋਂ ਮੰਨ ਲਓ ਆਹ ਤੁਹਾਡਾ ਪੇਜ ਹੈ ਦੁਬਾਰਾ ਬਣਾ ਰਹੇ ਹਾਂ ਤੁਸੀਂ ਲੈਫਟ ਸਾਈਡ ਤੋਂ ਮਿਲ ਲਿਆ ਤਾਂ ਇਧਰੋਂ ਜਿਹੜਾ ਪੁਆਇੰਟ ਹੈ ਮੰਨ ਲਓ ਇੱਥੇ ਆ ਗਿਆ ਉਹ ਇਧਰੋਂ ਕਿੰਨਾ ਦੂਰ ਹੈ 7 ਤੇ ਇਧਰੋਂ ਕਿੰਨਾ ਦੂਰ ਹੈ 3 ਠੀਕ ਹੈ ਤਾਂ ਇਦਾਂ ਆਪਾਂ ਇਹ ਪੁਆਇੰਟ ਲੱਭ ਲਾਂਗੇ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਹੀ ਆਪਾਂ ਖੱਬੇ ਕਿਨਾਰੇ ਤੋਂ 5 ਤੇ ਹੇਠਲੇ ਕਿਨਾਰੇ ਤੋਂ 0 ਇਹ ਕਿਵੇਂ ਆਊਗਾ ਬਈ ਜ਼ੀਰੋ ਹੈ ਤਾਂ ਤਾਂ ਇਹ ਮਤਲਬ ਤੁਸੀਂ ਇਸ ਕਾਰਨਰ ਤੋਂ ਹੀ ਮਿੰਨਾ मतलब ਇੱਥੇ 5 ਸੈਂਟੀਮੀਟਰ ਆ ਪੁਆਇੰਟ ਆ ਜਾਏਗਾ ਕਿਉਂਕਿ ਆਪਾਂ ਉੱਪਰ ਨੂੰ ਗਏ ਹੀ ਨਹੀਂ ਹੇਠਲੇ ਕਿਨਾਰੇ ਤੋਂ ਆਪਾਂ ਕੁਝ ਦੂਰੀ ਤੈਅ ਕੀਤੀ ਹੋਈ ਨਹੀਂ ਠੀਕ ਹੈ ਬੇਟਾ ਸਮਝ ਆ ਗਿਆ ਤੁਹਾਨੂੰ ਹੁਣ ਨੈਕਸਟ ਕਰਦੇ ਹਾਂ ਡੇ ਨੰਬਰ 38 ਡੇ 38 ਦਾ ਦੇਖੋ ਸਭ ਤੋਂ ਪਹਿਲਾਂ ਜਿਹੜਾ ਕੰਮ ਹੈ ਉਹ ਆਇਡੈਂਟਿਟੀਆਂ ਨੂੰ ਪੂਰਾ ਕਰਨਾ ਹੈ ਕੰਪਲੀਟ ਦਾ ਫਾਲੋਇੰਗ ਆਇਡੈਂਟਿਟੀਆਂ ਚਲੋ ਮੇਰੇ ਲਿਖਣ ਤੋਂ ਪਹਿਲਾਂ ਪਹਿਲਾਂ ਖੁਦ ਹੀ ਲਿਖੋ ਇਹਨਾਂ ਨੂੰ ਫੇਰ ਮਲਾ ਲਿਓ ਵੀ ਸਹੀ ਲਿਖਿਆ ਜਾਂ ਗਲਤ ਇਹ ਤਾਂ a b ਦਾ ਸਕੁਅਰ ਖੋਲਿਆ ਹੋਇਆ ਇਹ ਹੈਗਾ ਤੁਹਾਡੇ ਕੋਲੇ a b a b ਵਾਲਾ ਜਿਹੜਾ ਖੁੱਲੇਗਾ a² b² ਨਾਲ ਤਾਂ ਇਹਨੂੰ ਤੁਸੀਂ a ਤੇ b ਉਹ ਵੀ ਸੋਚੋਗੇ ਨਾ ਜਿਸ ਤਰ੍ਹਾਂ ਮੈਂ ਯਾਦ ਕੀਤਾ ਹੋਇਆ ਹੈ p q ਦਾ ਸਕੁਅਰ ਹੈ ਤਾਂ ਇੱਥੇ a b ਦੇ ਸਕੁਅਰ ਵਾਲੀ ਆਇਡੈਂਟੀਟੀ ਲੱਗੂਗੀ p q r ਦਾ ਸਕੁਅਰ ਹੈ ਤਾਂ ਇੱਥੇ p² q² +r2 +2pq +2qr +2rp ਠੀਕ ਹੈ ਜੀ ਹੁਣ ਇਹਦੀ ਹੋਮ ਅਸਾਈਨਮੈਂਟ ਦੇਖ ਲੈਣੇ ਆ ਫੈਕਟਰਾਇਜ਼ ਦਾ ਫੋਲੋਇੰਗ ਉਲਟਾ ਕੰਮ ਕਰਨ ਲਈ ਕਿਹਾ ਤੁਹਾਨੂੰ ਆਇਡੈਂਟੀਟੀ ਬੰਦ ਕਰਕੇ ਦੇਤੀ ਠੀਕ ਹੈ ਮਤਲਬ ਐਂ ਕਹਿ ਲਓ ਵੀ ਜਿਹੜਾ ਆਪਾਂ ਆਇਡੈਂਟੀਟੀ ਖੋਲਦੇ ਹੁੰਨੇ ਆ ਉਹ ਅਨਸਰ ਦੇਤਾ ਤਾਂ ਹੈ ਕਿਹੜੀ ਆਇਡੈਂਟੀਟੀਆਂ ਇਹ ਪਤਾ ਕਰਨਾ ਠੀਕ ਤਾਂ 4a2 b2 ਹੈ ਸਭ ਤੋਂ ਪਹਿਲਾਂ ਇਹ ਪਛਾਣੋ ਵੀ a2 ਕਿਹਦੇ ਨੇ 4a2 ਕਿਹਦਾ ਸਕੁਅਰ ਹੈ 2a ਦਾ b2 ਕਿਹਦਾ ਸਕੁਅਰ ਹੈ b ਦਾ ਤਾਂ ਕਿਹੜੀ ਇਨਟੀਟੀ ਬਣ ਗਈ a2 b2 ਕਿੱਦਾਂ ਐਕਸਪੈਂਡ ਹੋਊਗੀ 2a b 2a b ਲੋ ਫੈਕਟਰ ਬਣਾਤੇ ਆਪਾਂ ਤਾਂ ਇਹਦੇ ਚ ਅਗਲੇ ਚ ਦੇਖੋ a2 ਇਸ ਰਕਮ ਨੂੰ ਛੱਡ ਦਿਓ 4b2 ਕਿਹਦਾ ਸਕੁਅਰ ਹੁੰਦਾ ਹੈ 2b ਦਾ ਸੈਂਟਰ ਚ ਕੀ ਆਣਾ ਚਾਹੀਦਾ 2 a 2b ਯਾਨੀ ਕਿ 4ab ਇਹੀ ਆ ਰਿਹਾ ਤਾਂ ਇਹ ਕਿਦਾਂ ਆਪਾਂ ਬੰਦ ਕਰਾਂਗੇ ਕਿਹੜੀ ਆਇਡੈਂਟੀਟੀ ਹੋਊਗੀ a 2b ਦਾ ਹੋਲ ਸਕੁਅਰ ਅੱਗੇ ਹੈਗਾ ਤੁਹਾਡੇ ਕੋਲੇ a² 4b² ਕਿਹਦਾ ਸਕੁਅਰ ਹੋਊਗਾ ਜੀ 2b² ਦਾ ਤਾਂ ਇਹ ਬਹੁਤ ਹੀ ਸੌਖੇ ਸਵਾਲ ਨੇ ਬੇਟਾ ਜੇ ਤੁਸੀਂ ਆਇਡੈਂਟੀਟੀਆਂ ਚੰਗੀ ਤਰ੍ਹਾਂ ਯਾਦ ਕਰ ਲਈਆਂ ਤਾਂ ਇਹ ਤਾਂ ਬਹੁਤ ਛੋਟੇ ਕੰਮ ਨੇ ਆਪਾਂ ਫਟਾਫਟ ਕਰ ਹੀ ਜਾਵਾਂਗੇ ਨੈਕਸਟ ਦੇਖੋ a² ਸੈਂਟਰ ਵਾਲੀ ਰਕਮ ਨਹੀਂ ਪਹਿਲਾਂ ਸੋਚੀ ਦੀ ਲਾਸਟ ਨੂੰ ਦੇਖੋ ਤੇ ਇੱਥੇ ਇਹ ਵੈਲਿਊਜ਼ ਭਰ ਦੋ ਤਾਂ ਇਹ ਕਿਹੜੀ ਆਇਡੈਂਟੀਟੀ ਖੁੱਲ ਰਹੀ ਹੈ ਬੇਟਾ a 2b ਦਾ होल ਸਕਰ ਤਾਂ ਇਹ ਆਪਾਂ ਕਰਤੀ ਫੈਕਟਰਾਇਜ਼ੇਸ਼ਨ ਠੀਕ ਹੈ ਜੀ ਤਾਂ ਵੀਡੀਓ ਆਲਮੋਸਟ 30 ਮਿੰਟਸ ਦੀ ਹੋ ਚੁੱਕੀ ਹੈ ਅਗਲੇ ਦਿਨ ਆਪਾਂ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਕਵਰ ਕਰਾਂਗੇ ਜੇ ਤੁਹਾਨੂੰ ਚੈਨਲ ਨਾਲ ਪੜਨਾ ਵਧੀਆ ਲੱਗ ਰਿਹਾ ਤਾਂ ਇਸ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਬੱਚੇ ਠੀਕ ਹੈ ਜੀ ਬਾਏ ਬੇਟਾ ਟੇਕ ਕੇਅਰ